ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਲਈ ਅਕਸਰ ਹੀ ਸਿੱਖ ਵਿਰੋਧੀ ਚਾਲਾਂ ਖੇਡੀਆਂ ਜਾਂਦੀਆਂ ਨੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਥਿਤ ਨਾਮਤਾਰੀ ਸੰਪਰਦਾਏ ਦੇ ਇੱਕ ਪ੍ਰੋਗਰਾਮ ਦੇ ਵਿੱਚ ਅਰਦਾਸ ਦੀ ਬੇਅਦਬੀ ਕੀਤੀ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦਮਦਮੀ ਟਕਸਾਲ ਸੰਗਰਾਮਾਂ ਦੇ ਮੁਖੀ ਭਾਈ ਰਾਮ ਸਿੰਘ ਨੇ ਇਸ ਉਤੇ ਸਖਤ ਇਤਰਾਜ਼ ਉਠਾਇਆ। ਸ੍ਰੀ ਸਤਗੁਰੂ ਭਾਲਕ ਸਿੰਘ ਜੀ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਇਆ ਅਕਾਲ ਪੁਰਖ ਅੰਤਰਜਾਮੀ ਧੰਚੀ ਸਤਗੁਰੂ ਰਾਮ ਸਿੰਘ ਜੀ ਜਿਨ੍ਹਾਂ ਤੋਂ ਲਿਆ ਛਡਾਇਆ ਜੋਤ ਦਾ ਜਮਾ ਸ੍ਰੀ ਸਤਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ ਟੁੱਟੀ ਲਈ ਮਲਾਏ ਅਟਲ ਪ੍ਰਤਾਪੀ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਜਿਨ ਕਾਲ ਯੁੱਗ ਵਿੱਚ ਸੱਚ ਸੋਦ ਨਾਮ ਬਾਣੀ ਦਾ ਪ੍ਰਵਾਹ ਜਾਰ ਚਲਾਏ ਮਿਹਰਬਾਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਕੀ ਮਹਿਮਾ ਕਹੀ ਨਾ ਜਾਏ ਧੰਤ ਜੀ ਸਤਗੁਰੂ ਮਾਤਾ ਚੰਦ ਕੌਰ ਜੀ ਸਭ ਥਾਈ ਹੋਆ ਜੀ ਸਹਾਏ ਹਾਜ਼ਰਾ ਹਜੂਰ ਪਹਿਰੇ ਦੇ ਮਾਲਕ ਸਰਬਤਲਾ ਭਰਪੂਰ ਧੰਤ ਧੰਤ ਸ੍ਰੀ ਸਤਗੁਰੂ ਦਲੀਪ ਸਿੰਘ ਸਚਿਪਾਸ਼ਾ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਜਨਮ ਮਰਨ ਦੁ ਕਟਿਆ ਜਾਏ ਸਭ ਥਾਈ ਹੋਆ ਜੀ ਸਹਾਏ ਪਿਛਲੇ ਦਿਨੀ ਜਿਹੜੀ ਅਰਦਾਸ ਕੀਤੀ ਗਈ ਕਿਸੇ ਗੁਰਦੁਆਰੇ ਦੇ ਅੰਦਰ ਸਾਡੀ ਕੌਮ ਦੀ ਬੱਚੀ ਵੱਲੋਂ ਅਰਦਾਸ ਹੋਈ ਹੈ ਮੈਂ ਸਮਝਦਾ ਪੀ ਇਹ ਬਹੁਤ ਘਾਟੇ ਵਾਲਾ ਸੌਦਾ ਹੈ ਔਰ ਗੁਰੂ ਧੰਮ ਦਾ ਤਾਂ ਪਖੰਡ ਦਾ ਬੋਲ ਵਾਲਾ ਅੱਗੇ ਹੀ ਬਹੁਤ ਜ਼ਿਆਦਾ ਸੀ ਪਰ ਨਾਮ ਤਾਰੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਉਹਨਾਂ ਦੇ ਆਗੂ ਸਹਿਬਾਨਾਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਛਰਾੜਤਾਂ ਵਾਲੇ ਕੁਝ ਯਤਨ ਨੇ ਕੁਝ ਵੀਰਾਂ ਵੱਲੋਂ ਬੱਚਿਆਂ ਵੱਲੋਂ ਇੰਨਾ ਤੇ ਰੋਗ ਥਾਮ ਹੋਣੀ ਚਾਹੀਦੀ ਹੈ। ਔਰ ਇਹੋ ਜੇ ਸਮਾਗਮ ਗੁਰਦੁਆਰਿਆਂ ਵਿੱਚ ਕਰਕੇ ਜਦੋਂ ਅਸੀਂ ਇਸ ਤਰੀਕੇ ਨਾਲ ਅਰਦਾਸਾਂ ਕਰਾਂਗੇ ਤਾਂ ਸਿੱਖ ਜਗਤ ਵਿੱਚ ਬਹੁਤ ਵੱਡੀ ਦਬਦਬਾ ਪੈਦਾ ਹੁੰਦੀ ਹੈ, ਖਿਲਵਾੜ ਪੈਦਾ ਹੁੰਦਾ ਹੈ ਤੇ ਕੌਮ ਦੇ ਅੰਦਰ ਤਾਂ ਅੱਗੇ ਖਿਲਵਾੜ ਬਹੁਤ ਜ਼ਿਆਦਾ ਹੈ। ਇਹ ਅੱਜ ਦੇ ਸਮੇਂ ਵਿੱਚ ਸਿੱਖ ਜਗਤ ਦੇ ਔਰ ਕੀ ਹਾਲਾਤ ਬਣਾਏ ਹੋਏ ਨੇ ਸਰਕਾਰਾਂ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਗੁਰਬਾਣੀ ਦਾ અપਮਾਨ ਨਰਾਦਰ ਥਾਂ ਥਾਂ ਤੇ ਕੀਤਾ ਜਾ ਰਿਹਾ ਹੈ ਪਰ ਅਸੀਂ ਲੋਕ ਵੀ ਜੇ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਬਹੁਤ ਘਾਟੇ ਵਾਲਾ ਸੌਦਾ ਹੋਵੇਗਾ ਔਰ ਜਦੋਂ ਇਹ ਗੱਲ ਸੁਣੀ ਤਾਂ ਬਹੁਤ ਹਿਰਦਾ ਦੁਖੀ ਹੋਇਆ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਅੱਗੇ ਤੋਂ ਇਹੋ ਜੀ ਹਰਕਤ ਸਾਨੂੰ ਨਹੀਂ ਕਰਨੀ ਚਾਹੀਦੀ ਔਰ ਧੰਨ ਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਵਿਸ਼ਵਾਸੀ ਹੋ ਕੇ 10 ਗੁਰੂ ਸਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਨੇ ਔਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੇ ਡਿਰਿਡ ਵਿਸ਼ਵਾਸ ਭਰੋਸਾ ਸਾਡਾ ਬਣਿਆ ਰਵੇ ਕਿ ਗੁਰੂ ਚਰਨਾ ਚਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ